ਲਓ ਬਈ, ਅੱਜ ਜਿਹੜੀ ਸਾਡੇ ਕੋਲ ਵੀਡੀਓ ਹੈ, ਅਸੀਂ ਜਦੋਂ ਰਿਐਕਟ ਕਰਨਾ ਸ਼ੁਰੂ ਕੀਤਾ, ਵੀਡੀਓ ਵੇਖਣੀਆਂ ਪੰਜਾਬ ਦੀਆਂ ਸ਼ੁਰੂ ਕੀਤੀਆਂ, ਚੜ੍ਹਦੇ ਪੰਜਾਬ ਦੀਆਂ, ਅਤੇ ਜਿਹੜੇ ਸ਼ੁਰੂਆਤੀ ਸਿੰਗਰਾਂ ਵਿੱਚੋਂ ਸਾਡੇ ਕੋਲ ਸਿੰਗਰ ਆਏ ਸਨ, ਰਣਜੀਤ ਬਾਬਾ ਇਜ਼ ਵਨ ਆਫ ਫਰੋਮ ਦੈਮ। ਅਸੀਂ ਬਲਕੇ ਪਹਿਲੀ ਵੀਡੀਓ ਇਹਨਾਂ ਦੀ ਵੇਖੀ ਸੀ। ਤੁਸੀਂ ਪਹਿਲੀ ਇਹਨਾਂ ਦੀ ਵੇਖੀ ਸੀ? ਆਪਾਂ ਬਾਜਵਾ ਰਿਐਕਸ਼ਨ ਦੇ ਪਹਿਲੀ ਵੀਡੀਓ ਇਹਨਾਂ ਦੀ ਸੀ। ਹਾਂ, ਇਹਨਾਂ ਦੇ ਸਪੈਸ਼ਲੀ ਜਿਹੜੇ ਵੀਡੀਓ ਸਨ ਨਾ, ਗਾਣੇ ਸਨ, ਕਿੰਨੇ ਆਏ, ਕਿੰਨੇ ਗਏ, 1, 2, 3, ਅਤੇ ਉਹਨਾਂ ਨੇ ਬੜਾ ਇੰਸਪਾਇਰ ਕੀਤਾ ਸੀ ਸਾਨੂੰ, ਅਤੇ ਬਹੁਤ ਵਧੀਆ। ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫਾਲੋ ਕਰਨਾ ਸ਼ੁਰੂ ਕੀਤਾ, ਇਹਨਾਂ ਦੇ ਗੀਤ ਹੋਰ ਵੀ ਸੁਣਨੇ ਸ਼ੁਰੂ ਕੀਤੇ, ਅਤੇ ਅੱਜ ਉਹਨਾਂ ਦਾ ਜਿਹੜਾ ਸਾਡੇ ਕੋਲ ਵੀਡੀਓ ਹੈ, ਰਣਜੀਤ ਬਾਬਾ ਵਿਦ ਹਿਜ਼ ਫਸਟ ਫੈਨ, ਆਪਣੇ ਪਹਿਲੇ ਫੈਨ ਦੇ ਨਾਲ, ਮਤਲਬ ਕਿੱਦਾਂ ਬੰਦੇ ਨੂੰ, ਬੰਦਾ ਆ ਕੇ ਯਾਰ ਮੇਰਾ ਪਹਿਲਾ ਫੈਨ, ਕੋਈ ਆ ਗਿਆ ਕਿ ਮੈਂ ਤੁਹਾਡਾ ਪਹਿਲਾ ਫੈਨ ਹਾਂ, ਤੁਸੀਂ ਚੈਨਲ ਸ਼ੁਰੂ ਕੀਤਾ, ਮੇਰਾ ਪਹਿਲਾ ਕਮੈਂਟ ਕੀਤਾ, ਤੁਹਾਡਾ ਪਹਿਲਾ ਫੈਨ ਆ। ਇਹ ਹੁਣ ਤਸਵੀਰ 'ਤੇ ਬਾਬਾ ਜੀ ਨਜ਼ਰ ਆ ਰਹੇ ਨੇ, ਮੇ ਵੀ ਐਵੇਂ ਹੋਵੇ ਕਿ ਨਿੱਕਾ ਜਿਹਾ ਹੋਵੇ ਅਤੇ ਗਾਣਾ ਗਾ ਰਿਹਾ ਹੋਵੇ ਅਤੇ ਬਾਬੇ ਨੂੰ ਪਸੰਦ ਆ ਗਿਆ, ਬਾਬਾ ਕਹਿੰਦਾ ਮੁੰਡਾ ਚਲੋ ਗਾਉਂਦਾ। ਚਲੋ ਆਪਾਂ ਹੁਣ ਵੀਡੀਓ ਵੇਖ ਲੈਂਦੇ ਹਾਂ। ਬਾਪੂ ਬਾਪੂ ਤੈਨੂੰ ਅਸੀਂ ਨਾਲ ਹੀ ਲੈ ਜਾਣਾ ਜੀ। ਬਾਬਾ ਇੱਕ ਗਾਣਾ ਬਾਪੂ ਲਈ, ਕਿਉਂਕਿ ਬਾਪੂ ਸਾਡਾ ਪਹਿਲਾ ਫੈਨ ਸੀ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਆ ਕੇ ਮਿਲਿਆ। ਬਾਬਾ ਇੱਕ ਬਾਪੂ ਅਮਰ ਸਿੰਘ ਸ਼ੌਂਕੀ ਨੇ ਗੀਤ ਲਿਖਿਆ ਸੀ ਤੁਹਾਡੀ ਉਮਰ ਵੇਲੇ, ਗਾਣਾ ਸੀ ਇਹ ਗੱਲ ਤੇ ਹਰ ਕੋਈ ਜਾਣਦਾ ਏ ਉਹ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਬੂਰ ਸਗੇਰੀਆਂ ਇੱਕ ਦਿਨ ਅਸਾਂ ਪਰਦੇਸੀਆਂ ਨੇ ਤੁਰ ਜਾਣਾ ਤੇ ਜਿੰਦਾ ਮਾਰ ਕੇ ਨਾ ਹਵੇਲੀਆਂ ਦਾ ਇਹ ਗੱਲ ਤੇ ਹਰ ਕੋਈ ਜਾਣਦਾ ਮੇਲਾ ਮੇਲੀਆਂ ਦਾ ਦੁਨੀਆਂ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰ ਕੰਗਰੀਆਂ ਪਾ ਕੇ ਤੇਰੀ ਹੋ ਗਈ ਵੇ
ਚੁਕੋਰੀ ਵੇ ਕੌਣ ਦੁੱਖਾਂ ਦੀਆਂ ਘੜੀਆਂ ਕੌਣ ਖੁਸ਼ੀ ਨੂੰ ਤਿੰਨ ਰੰਗ ਨਹੀਂ ਲੱਭਣੇ ਬੀਬਾ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਛਾਵਾਂ ਹੁੰਦੀਆਂ ਪਰ ਸਾਰਾ ਆਲਮ ਕਹਿੰਦਾ ਬਾਬਾ ਬਲ ਹੁੰਦੀਆਂ ਬੇਪਰਵਾਈਆਂ ਵਰ ਰੱਬ ਯਾਦ ਨਾ ਰਹਿੰਦਾ ਬਾਬਾ ਠੰਡੀਆਂ ਛਾਵਾਂ ਹੁੰਦੀਆਂ ਵਰ ਸਾਰਾ ਬਾਬਾ ਬਲ ਹੁੰਦੀਆਂ ਬੇਪਰਵਾਈਆਂ ਵਰ ਰੱਬ ਉਹ ਮਾਪਿਆਂ ਵਰਗੇ ਦੁਨੀਆਂ ਤੇ ਕੋਈ ਮਾਪਿਆਂ ਵਰਗੇ ਦੁਨੀਆਂ ਤੇ ਕੋਈ ਹੋਰ ਨਾ ਰਿਸ਼ਤੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਰਣਜੀਤ ਬਾਵਾ ਬਾਜਵਾ ਰਣਜੀਤ ਬਾਜਵਾ ਰਣਜੀਤ ਸਿੰਘ ਬਾਜਵਾ ਰਣਜੀਤ ਸਿੰਘ ਬਾਜਵਾ ਵਧੀਆ ਹੈ ਹਾਂਜੀ ਬਾਜਵਾ ਸਾਹਿਬ ਹਾਂਜੀ ਬਾਜਵਾ ਸਾਹਿਬ ਤੁਹਾਡੀ ਗੋਤ ਤੁਹਾਡੀ ਬਰਾਦਰੀ ਸੋਹਣਾ ਲੱਗਾ ਮੈਨੂੰ ਤੇ ਹਾਂਜੀ ਵੀ ਸੋਹਣਾ ਗਾਉਂਦਾ ਹੀ ਸੋਹਣਾ ਨੇ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਹੀ ਕੋਈ ਨਹੀਂ ਤੇ ਬਾਕੀ ਵਧੀਆ ਪਰਫਾਰਮੈਂਸ ਸੀ ਔਰ ਵਧੀਆ ਉਹਨਾਂ ਦੇ ਮਤਲਬ ਬੋਲ ਤੇ ਗਾਣੇ ਤੇ ਉਹਨਾਂ ਵੀ ਵਧੀਆ ਹੁੰਦੇ ਨੇ ਇਨਸਾਨ ਵੀ ਬੰਦਾ ਵੀ ਬਹੁਤ ਵਧੀਆ ਨਾਈਸ ਬੰਦਾ ਆਪਾਂ ਦੇਖਿਆ ਨਹੀਂ ਸੀ ਦੁਬਈ ਵਾਲਾ ਇਹਨਾਂ ਦਾ ਉਹ ਪ੍ਰੋਗਰਾਮ ਜਦੋਂ ਨਾਸਰ ਢਿੱਲੋਂ ਨਾਲ ਸਨ ਤੇ ਬੜੇ ਪੋਲਾਈਟ ਤੇ ਨਰਮ ਬੰਦੇ ਨੇ ਬਹੁਤ ਸੋਹਣੇ ਬਹੁਤ ਸੋਹਣੇ ਔਰ ਮਤਲਬ ਐਕਟਿੰਗ ਵੀ ਇਹਨਾਂ ਦੀ ਵਧੀਆ ਮੈਂ ਪਹਿਲੀ ਵਾਰੀ ਨਾ ਇਹਨਾਂ ਨੂੰ ਵੇਖ ਬਰਾਤਾਂ ਚੱਲੀਆਂ ਫਿਲਮ ਦੇ ਵਿੱਚ ਆਪਾਂ ਇਕੱਠੇ ਵੇਖਿਆ ਸੀ ਹਾਂ ਇਹਨਾਂ ਨੂੰ ਉਹਦੇ ਵਿੱਚ ਇਹਨਾਂ ਦੀ ਜਿਹੜੀ ਐਕਟਿੰਗ ਸੀ ਮੈਂ ਗਾਉਂਦਿਆਂ ਤੇ ਇਹਨਾਂ ਨੂੰ ਪਹਿਲੇ ਸੁਣਿਆ ਸੀ ਹਾਲਾਂਕਿ ਫਿਲਮ ਜਿਹੜੀ ਹੋ ਸਕਦਾ ਪਹਿਲੇ ਵੇਖੀ ਸੀ ਮੈਂ ਲੇਕਿਨ ਉਦੋਂ ਪਤਾ ਨਹੀਂ ਸੀ ਕਿ ਇਹ ਰਣਜੀਤ ਪਾਵਾ ਜਦੋਂ ਅਸੀਂ ਰਿਐਕਸ਼ਨ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਉਹ ਮਤਲਬ ਇਹਨਾਂ ਦੇ ਗਾਣੇ ਸੁਣਨੇ ਸ਼ੁਰੂ ਕੀਤੇ ਨਾ ਤੇ ਫਿਰ ਜੋ ਦੁਬਾਰਾ ਫਿਲਮ ਵੇਖੀ ਫਿਰ ਪਤਾ ਲੱਗਾ ਕਿ ਯਾਰ ਰਣਜੀਤ ਬਾਵਾ ਹੈ ਤੇ ਇਹਦੇ ਮਤਲਬ ਬਹੁਤ ਵਧੀਆ ਗਾਉਂਦੇ ਵੀ ਨੇ ਸਿੰਗਰ ਬਹੁਤ ਵਧੀਆ ਨੇ ਤੇ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਦੀ ਐਕਟਿੰਗ ਬਹੁਤ ਉਸ ਫਿਲਮ ਦੇ ਵਿੱਚ ਕਮਾਲ ਦੀ ਸੀ ਸ਼ਰੀਕ ਬਣਿਆ ਸੀ ਤੇ ਬਿੰਨੂ ਢਿੱਲੋਂ ਦਾ ਚਾਚੇ ਦਾ ਮੁੰਡਾ ਹਾਂ ਇਹਨਾਂ ਦੀ ਉਹ ਮੂਵੀ ਕਿਹੜੀ ਸੀ ਤਿੰਨ ਯਾਰ ਹੁੰਦੇ ਨੇ ਇੱਕ ਕੋਈ ਯੁੱਧ ਦੇ ਮੁਤਾਬਕ ਉਹ ਵੀ ਇਹਨਾਂ ਦੀ ਸੀ ਉਹ ਵੀ ਕੋਈ ਨਹੀਂ ਨਹੀਂ ਇਹਨਾਂ ਦੀ ਉਹ ਜਿਹੜੀ ਉਹ ਤਿੰਨ ਯਾਰ ਜਿਹਦੇ ਵਿੱਚ ਵੀ ਬੜੇ ਇਹਦੇ ਬੋਲ ਬੜੇ ਮਾਰਦਾ ਕਮਾਲ ਦੇ ਤਿੰਨ ਯਾਰ ਹੁੰਦੇ ਨੇ ਬਾਹਰ ਹੁੰਦੇ ਨੇ ਵੀ ਕੁੜੀ ਦੇ ਮਗਰ ਮੈਂਡੀ ਪਿੱਛੇ ਬਾਹਰ ਜਾਂਦਾ ਕੁੜੀ ਦਾ ਨਾਮ ਮੈਂਡੀ ਹੁੰਦਾ ਉਹ ਵੀ ਆਪਾਂ ਨੇ ਥੋੜੇ ਦਿਨ ਪਹਿਲੇ ਵੇਖੀ ਸੀ ਮੈਂਡੀ ਉਹ ਫਿਲਮ ਦਾ ਨਾਂ ਕੀ ਹੈ ਹੁਣ ਪਤਾ ਨਹੀਂ ਵੀ ਸੇਂਜ ਨਿਕਲ ਗਿਆ ਮੈਂਡੀ ਵੇਖੀ ਉਹ ਫਿਲਮ ਦੇ ਵਿੱਚ ਇਹਨਾਂ ਦੀ ਨਾ ਕਮਾਲ ਦੀ ਐਕਟਿੰਗ ਹੈ ਮਤਲਬ ਨਹੀਂ ਆਪਾਂ ਇਹ ਚੈਨਲ ਤੇ ਵੇਖਨੇ ਆ ਫਿਰ ਤੁਸੀਂ ਨਹੀਂ ਵੇਖੀ ਨਹੀਂ ਮੈਂ ਨਹੀਂ ਵੇਖੀ ਮੈਨੂੰ ਫਿਲਮ ਦਾ ਨਾਂ ਤੇ ਚੇਤੇ ਆ ਲੈਣਾ ਕਿ ਨਾਂ ਕਿਹੜਾ ਸੀ ਅੱਛਾ ਸਾਡੇ ਵੀਰਿਆਂ ਨੇ ਦੱਸ ਦੇਣਾ ਇੱਥੇ ਆਪਾਂ ਸਰਚ ਕਰਨੇ ਆ ਰਣਜੀਤ ਬਾਵਾ ਮੂਵੀਜ਼ ਇੱਕ ਮਿੰਟ ਰਣਜੀਤ ਬਾਵਾ ਕਿਉਂਕਿ ਆਪਾਂ ਜੋ ਵੇਖੀ ਹੈ ਰਾਤਾਂ ਚੱਲੀਆਂ
ਲੈਂਬਰਗਿਨੀ ਵੀ ਇਹਦੀ ਹੈ, ਖਾਓ ਪੀਓ ਐਸ਼ ਕਰੋ, ਮਿਸਟਰ ਐਂਡ ਮਿਸਿਸ 400 ਵੀ ਰਿਟਰਨ ਵਿੱਚ ਵੀ ਨੇ, ਹਾਈ ਐਂਡ ਆ ਰਹੀਆਂ, ਹਾਈ ਐਂਡ ਆ ਰਹੀਆਂ, ਮੈਂ ਨਹੀਂ ਵੇਖੀ ਸੀ। ਤੂਫਾਨ ਸਿੰਘ, ਅੱਛਾ ਤੂਫਾਨ ਸਿੰਘ ਤਾਰਾ ਮੀਰਾ ਹਾਈ ਐਂਡ ਆ ਰਹੀਆਂ ਫਿਲਮ ਹੈ, ਅੱਛੀ ਫਿਲਮ ਹੈ, ਫਿਲਮ ਦੀ ਸਟੋਰੀ ਤਾਂ ਚੰਗੀ ਹੈ, ਲੇਕਿਨ ਇਹ ਹੈ ਕਿ ਇਹਦੇ ਵਿੱਚ ਸਟੋਰੀ ਨੂੰ ਤੁਸੀਂ ਛੱਡ ਦੇਣਾ ਇੱਕ ਬੰਨੇ, ਜਿਹੜੀ ਐਕਟਿੰਗ ਹੈ ਨਾ ਰਣਜੀਤ ਬਾਵੇ ਦੀ, ਓਏ ਹੋਏ ਹੋਏ ਕਮਾਲ ਹੈ, ਮਤਲਬ ਵੇਖਣੀ ਤਾਂ ਸ਼ੁਰੂ ਕਰ ਲੈਂਦੇ ਆਪਾਂ, ਵੇਖ ਲੈਂਦੇ ਹਾਂ, ਜੇ ਤੁਸੀਂ ਨਹੀਂ ਵੇਖੀ ਹੋਈ ਤੇ ਅਸੀਂ ਫਿਰ ਵੇਖ ਲਾਂਗੇ। ਏਡੇ ਮਾਸੂਮੀਅਤ ਨਾਲ ਗੱਲ ਕਰੇਗਾ ਤੇ ਦਾਵੇ ਤੇ ਜੁਗਤ ਐਸੀ ਲਾਏਗਾ ਅਗਲੇ ਨੂੰ ਏਡੀ ਮਾਸੂਮੀਅਤ ਨਾਲ ਕਿ ਪਰਲਾ ਆਖੇਗਾ ਕਿ ਉਹਦਾ ਘਰ ਵੀ ਪੂਰਾ ਤੇ ਫੀਲ ਵੀ ਨਹੀਂ ਹੋਣ ਦੇਗਾ ਉਹਨੂੰ, ਜਿਵੇਂ ਇਹਨੂੰ ਇਵੇਂ ਲੱਗਦਾ ਵੇਖਣ ਵਾਲੇ ਨੂੰ ਇਹ ਲੱਗੇਗਾ ਕਿ ਜਿਵੇਂ ਵਾਕਈ ਰਣਜੀਤ ਬਾਵੇ ਉਹਨਾਂ ਕਿਸੇ ਚੀਜ਼ ਦਾ ਪਤਾ ਕੋਈ ਨਹੀਂਗਾ, ਪਰ ਉਹ ਗੱਲ ਐਸੀ ਕਰੇਗਾ ਕਿ ਅਗਲਾ ਬੰਦਾ ਸੋਚੇਗਾ ਇਹਨੇ ਗੱਲ ਕੀਤੀ ਕਿੱਥੋਂ ਹੈ ਮੈਨੂੰ, ਏਡੇ ਇਹੋ ਜਿਹੇ ਮਤਲਬ ਪੂਰੀ ਫਿਲਮ ਦੇ ਵਿੱਚ ਹੀ ਇੱਦਾਂ, ਚਾਚੇ ਨੂੰ ਥੋੜ੍ਹਾ ਤੰਗ ਕੀਤਾ ਸੀ ਫਿਲਮ ਦੇ ਵਿੱਚ। ਅੱਛਾ ਇਹਨਾਂ ਨੂੰ ਕੁਛ ਇਹਨਾਂ ਦੇ ਬਾਰੇ 'ਚ ਲਿਖਿਆ ਉਹ ਆਪਾਂ ਪੜ੍ਹ ਲਈਏ। ਰਣਜੀਤ ਬਾਵਾ ਨੋਨ ਪ੍ਰੋਫੈਸ਼ਨਲੀ ਐਨ ਇੰਡੀਅਨ ਸਿੰਗਰ ਐਂਡ ਐਕਟਰ ਐਸੋਸੀਏਟਿਡ ਵਿਦ ਦ ਲੈਂਗੁਏਜ ਮਿਊਜ਼ਿਕ ਐਂਡ ਫਿਲਮਸ, ਹੀ ਰੋਜ਼ ਟੂ ਫੇਮ ਜੱਟ ਦੀ ਅਕਲ, ਜੱਟ ਦੀ ਅਕਲ ਗੀਤ ਇਹਦਾ ਆਈ ਥਿੰਕ, ਫਰੋਮ ਹਿਜ ਡੈਬਿਊ ਇਨ 2015। ਅੱਛਾ ਜੱਟ ਦੀ ਅਕਲ ਵੀ ਗਾਣਾ ਇਹਨਾਂ ਦਾ ਬਹੁਤ ਸੋਹਣਾ ਗਾਣਾ ਸੀ, ਅੱਛਾ ਨਹੀਂ ਸੁਣਿਆ? ਨਹੀਂ ਜੱਟ ਦੀ ਅਕਲ ਵੀ ਨਹੀਂ ਸੁਣਿਆ ਤੁਸੀਂ? ਨਹੀਂ ਅਸੀਂ ਨਹੀਂ ਸੁਣਿਆ, ਸੁਣਾ ਦੋ ਫਿਰ ਤੁਹਾਨੂੰ ਹੈ। ਚਲੋ ਜੱਟ ਦੀ ਅਕਲ ਵੀ ਤੁਹਾਨੂੰ ਸੁਣਾਉਂਦੇ ਹਾਂ, ਵਿਚ ਵਾਜ ਅਵਾਰਡਡ ਦਾ ਬੈਸਟ ਵਰਲਡ 2015 ਹੈ ਨਾ, ਬ੍ਰਿਟੇਸ਼ੀਆ ਟੀਵੀ ਮਿਊਜ਼ਿਕ ਅਵਾਰਡ ਵੀ ਮਿਲਿਆ ਇਹਨਾਂ ਨੂੰ, ਤੇ ਫਿਰ ਉਹ ਗਾਣਾ ਸਾਨੂੰ ਸੁਣਾਓ ਨਾ ਐਡਾ ਵਧੀਆ। ਅੱਛਾ ਤੋ ਆਪਣਾ ਹੈ ਵੀ ਤਕਰੀਬਨ ਹਮ ਉਮਰ ਹੀ ਹੈ ਯਾਰ, March 14, 1999, 34 ਸਾਲ ਛੋਟਾ ਤੁਹਾਡੇ ਨਾਲ ਨਿੱਕਾ ਹੈ ਨਾ, ਤੇ ਮੇਰੇ ਨਾਲ 1 ਸਾਲ ਵੱਡਾ ਹੈ, ਹੁਣ ਤੂੰ ਨਾ ਕਿ ਮੇਰੇ ਨਾਲ 20-22 ਸਾਲ ਛੋਟਾ ਹੈ। ਅੱਛਾ ਓਕੇ, ਚਲੋ ਜੀ ਆਪਾਂ ਕਰੀਏ ਫਿਰ ਅਗਲਾ ਵੀਡੀਓ, ਚਲੋ ਜੀ ਆਪਾਂ ਜਾਂ ਮੂਵੀ ਸ਼ੁਰੂ ਕਰਨੇ ਜਾਂ ਫਿਰ ਜੱਟ ਦੀ ਅਕਲ ਗਾਣਾ ਸੁਣਾਂਗੇ ਅਗਲਾ। ਲੋਕਾਂ ਨੇ ਅਕਸਰ ਆਪਣੀ ਉਮਰ ਘੱਟ ਹੀ ਲਿਖਵਾਈ ਹੁੰਦੀ ਹੈ, ਮੇਰੇ ਅੱਬੂ ਨੇ ਮੇਰੀ ਪੂਰੀ ਲਿਖਵਾਈ ਹੋਈ ਹੈ ਤੇ ਮੈਂ ਘੱਟ ਲਿਖਾਈ ਹੈ ਆਪਣੀ। ਹਾਂਜੀ ਨਾ ਕਰ ਯਾਰ, ਨਾ ਕਰ ਇੰਜ, ਨਾ ਕਰ, ਮੈਂ ਇਹ ਇੰਜ ਲਿਖੀ ਜਾਂਦੀ ਹੈ ਅੱਬੂ ਨੇ ਮੇਰੀ ਘੱਟ ਲਿਖਵਾਈ, ਤੁਸੀਂ ਘੱਟ ਲਿਖਾਈ ਅੱਬੂ ਤੇਰੇ ਨੇ, ਮੇਰੇ ਅੱਬੂ ਨੇ ਮੇਰੀ ਪੂਰੀ ਪੂਰੀ ਲਿਖਵਾਈ ਹੋਈ, ਉਦੋਂ ਮੇਰੇ ਅੱਬੂ ਨੂੰ ਇਹਨਾਂ ਪਤਾ ਨਹੀਂ ਸੀ, ਤੁਸੀਂ ਹੁਣ ਆਪਣੇ ਬੱਚਿਆਂ ਦੀ ਕਿਉਂ ਘੱਟ ਲਿਖਵਾਈ ਹੈ? ਅਸੀਂ ਤੇ 2-2 ਸਾਲ ਹੁਣ ਛੋਟਿਆਂ ਕੀਤਾ ਕਿ ਚਲੋ ਅੱਗੇ ਕੰਮ ਆ ਜਾਏਗਾ, ਨਹੀਂ ਉਹ ਲੇਕਿਨ ਮੇਰੇ ਅੱਬੂ ਨੂੰ ਉਦੋਂ ਮੈਂ 1986 ਚ, ਮੇਰੇ ਅੱਬੂ ਜੇ ਮੇਰੀ 1992-93-94 ਵੀ ਲਿਖਾ ਦਿੰਦਾ ਤਾਂ ਕੋਈ ਏਡਾ ਫਰਕ ਨਹੀਂ ਪੈਣਾ, ਉਹਦਾ ਫਰਕ ਪੈ ਜਾਣਾ ਸੀ, ਕੋਈ ਫਰਕ ਨਹੀਂ ਪੈਣਾ ਸੀ। ਚਲੋ ਬਾਕੀ ਆਪਾਂ ਜਿਹੜਾ ਬਾਅਦ ਚ ਕਰਨੇ ਆ, ਵੇਖਨੇ ਆ ਉਮਰ ਦਾ ਤਕਾਜ਼ਾ ਹੁੰਦਾ ਹੈ ਤੇ ਬਾਕੀ ਕੁੜੀਆਂ ਉਂਝ ਵੀ ਉਮਰ ਜਿਹੜਾ ਹੈ, ਨਹੀਂ ਮੈਂ ਤੇ ਆਪਣੀ 2016 ਨਹੀਂ, ਤੇਰੀ 2016 ਦੇ ਮੈਂ ਤੇ ਇਗਨੋਰ ਤੇ ਨਹੀਂ ਕਰਦਾ, 2016 ਦੀ 2016 ਪੈਦਾਇਸ਼, ਹਾਂ ਡੇਟ ਆਫ ਬਰਥ ਦੀ। ਅੱਛਾ ਹਾਂ 16 ਤੇ 6 ਤੇ 7 ਦੰਦ ਨਿਕਲਿਆ ਨਾ ਪੂਰੇ, ਕਿ ਦੂਸਰੀ ਵਾਰ ਡਿੱਗ ਕੇ ਜਦੋਂ ਦੁਬਾਰਾ ਨਿਕਲਦੇ ਨੇ ਉਹ ਨਿਕਲਣੇ ਨੇ। ਚਲੋ ਬਾਕੀ ਛੱਡੋ ਯਾਰ, ਆਪਾਂ ਨਾ ਗਾਣਾ ਸੁਣਨੇ ਆ। ਆਹ